ਵਾਓ, ਲਾਈਕ ਸੀਰੀਅਸਲੀ? ਕੋਈ ਮੈਨੂੰ ਅਵਾਰਡ ਦੀ ਟ੍ਰੋਫੀ ਲਿਆ ਕੇ ਦਿਓ ਜਿਹੜਾ ਮੈਂ ਇਸ ਕੁੜੀ ਦੇ ਮੂੰਹ ਤੇ ਮਾਰਾਂ। ਇਹਦੀ ਐਕਟਿੰਗ ਮੁੱਕੀ ਨਹੀਂ ਰਹੀ ਤੇ ਬੇਸ਼ਰਮੀ ਤਾਂ ਵੇਖੋ, ਹੁਣ ਕਹਿ ਰਹੀ ਕਿਹੜਾ ਵਿਆਹ। ਤੂੰ ਆਪ ਸੱਚ ਦੱਸ ਕੇ ਇੰਟਰਵਿਊ ਦੇਣ ਆਈ ਸੀ, ਜਵਾਬ ਦਿੱਤੇ, ਸਾਨੂੰ ਆਪਣੀ ਮਿੱਠੀਆਂ ਮਿੱਠੀਆਂ ਗੱਲਾਂ 'ਚ ਉਲਝਾ ਲਿਆ ਤੇ ਫਿਰ ਤੂੰ ਏਦਾਂ ਬਣ ਰਹੀ ਹੈ ਕਿ ਜਿੱਦਾਂ ਤੈਨੂੰ ਕੁਛ ਪਤਾ ਹੀ ਨਾ ਹੋਵੇ, ਜਿੱਦਾਂ ਉੱਥੇ ਇਹਦੀ ਕੋਈ ਭੂਤ ਆਤਮਾ ਹਮਸ਼ਕਲ ਬਣ ਕੇ ਆਈ ਸੀ। ਸੱਚੀ ਇੱਕ ਨੰਬਰ ਦੀ ਟ੍ਰੇਨ ਘੁਟਾਲੇਬਾਜ਼ ਕੁੜੀ ਹੈ। ਲੁਟੇਰੀ ਦੁਲਹਨ ਸੋਚ ਰਹੀ ਸੀ ਕਿਸੇ ਤਰ੍ਹਾਂ ਆਪਣੀ ਪਛਾਣ ਲੁਕਾ ਕੇ ਇਸ ਘਰ 'ਚ ਆ ਜਾ। ਫਿਰ ਕੀ ਹੈ, ਫਿਰ ਤਾਂ ਪੈਸਿਆਂ ਦੀ ਬਾਰਿਸ਼ ਹੀ ਬਾਰਿਸ਼। ਇਸ ਕੁੜੀ ਦੀ ਨਾ ਅੱਖਾਂ 'ਚੋਂ ਲਾਲਚ ਟਪਕ ਰਿਹਾ ਹੈ। ਹੱਥ ਤੇ ਵੇਖੋ, ਦਾਦੀ ਨੇ ਕੜੇ ਦਿੱਤੇ ਨੇ ਤੇ ਆਪ ਪਾ ਕੇ ਇੱਥੇ ਖਲੋ ਗਈ ਹੈ ਤੇ ਸਾਡੇ ਸਾਹਮਣੇ ਸਤੀ ਸਾਵਿਤਰੀ ਬਣ ਰਹੀ ਹੈ। ਇੱਕ ਸੈਕਿੰਡ, ਨਾ ਮੈਂ ਸਤੀ ਸਾਵਿਤਰੀ ਹਾਂ ਤੇ ਨਾ ਮੈਂ ਘੁਟਾਲੇਬਾਜ਼ ਹਾਂ, ਮੈਂ ਹੀਰ ਹਾਂ ਤੇ ਮੈਂ ਕੁਝ ਗਲਤ ਨਹੀਂ ਕੀਤਾ। ਇਹ ਵਿਆਹ ਕੜੇ ਆਂਟੀ ਜੀ, ਮੈਨੂੰ ਤਾਂ ਸੱਚੀ ਕੁਝ ਸਮਝ ਨਹੀਂ ਆ ਰਿਹਾ। ਤੁਸੀਂ ਤਾਂ ਜਾਣਦੇ ਹੋ ਨਾ, ਮੈਂ ਤਾਂ ਤੁਹਾਨੂੰ ਮਨਾ ਹੀ ਕਰ ਰਹੀ ਸੀ ਨਾ, ਮੇਰਾ ਤਾਂ ਜੀ ਨਹੀਂ ਕਰ ਰਿਹਾ ਸੀ, ਪਰ ਤੁਸੀਂ ਬਦੋ ਬਦੀ ਖੁਸ਼ੀ 'ਚ ਪਾ ਦਿੱਤੇ ਸੀ ਤੇ ਮੈਨੂੰ ਲੱਗੇ ਕਿ ਇਹ ਕੋਸਟਿਊਮ ਦਾ ਪਾਰਟ ਹੈ ਤੇ ਮੈਂ ਪਾ ਵੀ ਲਿੱਤੇ। ਮੈਨੂੰ ਆ ਕੜੇ ਰੋਜ਼ ਪਾਉਣੇ ਆ ਜਾਂ ਮੈਂ ਸੈੱਟ 'ਤੇ ਪਾ ਕੇ ਆਵਾਂ ਜਾਂ ਫਿਰ ਕੋਸਟਿਊਮ ਡਿਜ਼ਾਈਨਰ ਨੂੰ ਜਮ੍ਹਾਂ ਕਰਾ ਕੇ ਆਵਾਂ? ਕੋਸਟਿਊਮ ਇਹ ਕੀ ਨਵੀਂ ਬਕਵਾਸ ਹੈ ਤੇਰੀ? ਵੋਟੀ ਸਿਲੈਕਟ ਕਰਨ 'ਚ ਕੋਸਟਿਊਮ ਦਾ ਕੀ ਕੰਮ? ਵੋਟੀ? ਕਿਹੜੀ ਵੋਟੀ? ਇੱਕ ਘੁਮਾ ਫਿਰ ਆ ਕੇ ਤੁਸੀਂ ਕਿਹਦੀਆਂ ਵਿਆਹ ਦੀਆਂ ਗੱਲਾਂ ਕਰ ਰਹੇ ਹੋ? ਡੀਜੇ ਦਲਜੀਤ ਜਵੰਦਾ ਦੀ ਵੋਟੀ। ਹੁਣ ਐਵੇਂ ਹੈਰਾਨ ਕੀ ਹੋ ਰਹੀ ਹੈ? ਤੂੰ ਆਪ ਆਈ ਸੀ ਨਾ ਸਿਲੈਕਸ਼ਨ ਇੰਟਰਵਿਊ 'ਚ, ਆਪਣੀ ਪਹਿਚਾਣ ਲੁਕਾ ਕੇ ਇੱਕ ਤੋਂ ਬਾਅਦ ਇੱਕ ਸਵਾਲਾਂ ਦੇ ਜਵਾਬ ਦਿੱਤੇ ਤੇ ਤਾਂ ਹੀ ਤਾਂ ਅਸੀਂ ਤੈਨੂੰ ਡੀਜੇ ਦੀ ਵੋਟੀ ਬਣ। ਇਹ ਸਭ ਮਜ਼ਾਕ ਲੱਗ ਰਿਹਾ ਤੈਨੂੰ? ਹੱਸੀ ਆ ਰਹੀ ਹੈ ਤੈਨੂੰ? ਸੋਰੀ, ਆਮ ਸੋਰੀ, ਮੈਂ ਚਾਹ ਕੇ ਵੀ ਨਹੀਂ ਰੁਕ ਸਕੀ। ਤੁਸੀਂ ਗੱਲ ਹੀ ਕੁਝ ਇੱਦਾਂ ਦੀ ਕਰ ਰਹੇ ਹੋ। ਤੁਹਾਨੂੰ ਸੱਚੀ ਲੱਗਦਾ ਹੈ ਮੈਂ ਇੰਨਾ ਤਾਮਝਾਮ, ਇੰਨੀ ਸਾਜ ਸਜਾਵਟ, ਇੰਨੀ ਮਿਹਨਤ ਇਸ ਅੰਕਲ ਨਾਲ ਵਿਆਹ ਕਰਨ ਲਈ ਕਰਾਵਾਂਗੀ? ਇੱਕ ਮਿੰਟ, ਵਿਆਹ ਕਰਾਉਣ ਲਈ ਇੰਟਰਵਿਊ ਕੌਣ ਰੱਖਦਾ? ਤੁਹਾਨੂੰ ਵੋਟੀ ਚਾਹੀਦੀ ਹੈ ਕਿ ਕੈਨੇਡਾ ਦਾ ਵੀਜ਼ਾ? ਮੈਨੂੰ ਤਾਂ ਲੱਗਦਾ ਇਸ ਘਰ 'ਚ ਸਾਰੇ ਹੀ ਸ਼ਦਾਈ ਨੇ। ਪਹਿਲਾਂ ਇਹ ਡੈਵਿਲ ਜੀ ਕੁੜੀਆਂ ਨੂੰ ਕੱਚੂ ਤੇ ਕਰਨ ਲਈ ਕਹਿੰਦਾ, ਉੱਤੋਂ ਇਹਦੀਆਂ ਨੂੰਹਾਂ ਵਿਆਹ ਕਰਾਉਣ ਲਈ ਇੰਟਰਵਿਊ ਰੱਖ ਦਿੰਦੀਆਂ ਨੇ। ਇਹ ਘਰ ਹੈ ਜੀ ਰਿਐਲਿਟੀ ਸ਼ੋਅ। ਉਹ ਤੇਰੀ ਇਹ ਸ਼ੇਰਨੀ, ਮੇਰਾ ਮਤਲਬ ਕੇਕ ਵਾਲੀ, ਇਹ ਡੀਜੇ ਨੂੰ ਸੁਣਾਉਣ ਦਾ ਰਿਕਾਰਡ ਬਣਾਈ ਜਾ ਰਹੀ। ਕਦੀ ਹੋਟਲ, ਕਦੀ ਘਰ, ਕਦੀ ਗਲੀ 'ਚ, ਜਿੱਥੇ ਵੀ ਟੱਕਰਦੀ ਹੈ ਸ਼ੇਰ ਨੂੰ ਦਹਾੜ ਮਾਰ ਕੇ ਜਾਂਦੀ ਹੈ। ਨਾਲੇ ਹੋਣਗੇ ਇੱਥੇ ਤੇ ਬਾਹੂਬਲੀ ਤੇ ਹੋਊਗਾ ਇਹਨਾਂ ਦੇ ਮਹੇਸ਼ਮਤੀ। ਮੈਨੂੰ ਇਹਨਾਂ ਦੀ ਦੇਵ ਸੈਨਾ ਬਣਨ 'ਚ ਕੋਈ ਇੰਟਰਸਟ ਨਹੀਂ ਹੈ। ਰੀਅਲੀ? ਜੇ ਇੰਨਾ ਹੀ ਸੀ ਤੇ ਤੂੰ ਇੰਟਰਵਿਊ ਦੇਣ ਕਿਉਂ ਆਈ? ਤੇ ਅੱਜ ਇਹ ਕੁੜੀ ਸਾਡੇ ਘਰ ਬੇਸ਼ਰਮਾ ਵਾਂਗ ਖੜੀ ਹੋ ਗਈ ਹੈ, ਉਹ ਵੀ ਇਕੱਲੀ ਨਹੀਂ ਆਪਣੇ ਘਰਦਿਆਂ ਨੂੰ ਲੈ ਕੇ। ਇੱਕ ਮਿੰਟ, ਇਹ ਸਭ ਤੇਰੇ ਫੈਮਿਲੀ ਮੈਂਬਰ ਹੀ ਹੈ ਨਾ?
ਕਿਤੇ ਤੁਸੀਂ ਸਾਰੇ ਮਿਲ ਕੇ ਲੁਟੇਰਾ ਗੈਂਗ ਤਾਂ ਨਹੀਂ ਚਲਾਉਂਦੇ? ਨਾਟਕ ਨੂਟਕ ਵਾਲੇ ਨੂੰ ਤਾਂ ਨਹੀਂ ਲੈ ਕੇ ਆ ਗਈ ਤੂੰ ਇੱਥੇ? ਬਸ ਬਹੁਤ ਬੋਲਿਆ ਤੁਸੀਂ, ਜਦ ਤੱਕ ਗੱਲ ਮੇਰੀ ਸੀ ਮੈਂ ਚੁੱਪ ਚਾਪ ਸੁਣ ਰਹੀ ਸੀ, ਪਰ ਖਬਰਦਾਰ ਜੇ ਮੇਰੇ ਘਰਦਿਆਂ ਬਾਰੇ ਕੁਝ ਕਿਹਾ ਤੇ। ਉਸ ਦਿਨ ਤੁਸੀਂ ਮੇਰੀ ਮੰਮੀ ਨੂੰ ਬਹੁਤ ਕੁਝ ਕਿਹਾ ਤੇ ਉਹਦਾ ਮੈਂ ਕਰਾਰਾ ਜਵਾਬ ਦੇ ਵੀ ਦਿੱਤਾ। ਜੇ ਅੱਜ ਮੇਰੇ ਘਰਦਿਆਂ ਨੂੰ ਕੁਝ ਵੀ ਕਿਹਾ ਤਾਂ ਫਿਰ ਮੈਨੂੰ ਕਰਾਰਾ ਜਵਾਬ ਦੇਣਾ ਆਉਂਦਾ ਹੈ। ਮੇਰੀ ਗੱਲ ਧਿਆਨ ਨਾਲ ਸੁਣੋ, ਮੈਂ ਇੱਥੇ ਕੋਈ ਵਿਆਹ ਵਿਊ ਦੇ ਲਈ ਨਹੀਂ ਆਈ ਸੀ, ਮਾਤਾ ਸੀਤਾ ਦੇ ਰੋਲ ਲਈ ਆਈ ਸੀ, ਇੱਕ ਟੀਵੀ ਸੀਰੀਅਲ ਲਈ ਆਈ ਸੀ। ਤੁਸੀਂ ਲੋਕਾਂ ਨੇ ਮੈਨੂੰ ਸਵਾਲ ਪੁੱਛੇ ਤੇ ਮੈਂ ਰਾਮ ਜੀ ਤੇ ਸੀਤਾ ਮਾਤਾ ਨੂੰ ਧਿਆਨ 'ਚ ਰੱਖ ਕੇ ਸਾਰੇ ਜਵਾਬ ਦਿੱਤੇ ਤੇ ਤੁਸੀਂ ਸਾਰੇ ਨੇ ਮੈਨੂੰ ਸਿਲੈਕਟ ਵੀ ਕਰ ਲਿੱਤਾ। ਮੈਂ ਤਾਂ ਆਪ ਹੈਰਾਨ ਸੀ ਕਿ ਇੱਦਾਂ ਕੌਣ ਆਡੀਸ਼ਨ ਲੈਂਦਾ, ਪਰ ਫਿਰ ਮੈਨੂੰ ਲੱਗਿਆ ਕਿ ਇਹ ਕੋਈ ਨਵਾਂ ਤਰੀਕਾ ਹੋਏਗਾ। ਪਰ ਸੱਚੀ ਮੈਨੂੰ ਹਜੇ ਤੱਕ ਇਹੀ ਲੱਗ ਰਿਹਾ ਸੀ ਕਿ ਮੈਂ ਸੀਤਾ ਮਾਤਾ ਦੇ ਰੋਲ ਲਈ ਆਈ ਹਾਂ, ਨਾ ਕਿ ਕਿਸੇ ਦੀ ਵੋਟੀ ਬਣਨ ਲਈ। ਵਾਹ ਵਾਹ ਵਾਹ, ਕੀ ਕਹਾਣੀ ਸੁਣਾਈ ਹੈ, ਇੰਨੀ ਛੇਤੀ ਤਾਂ ਨੂਡਲਸ ਵੀ ਨਹੀਂ ਬਣਦੇ। ਜਿੰਨੀ ਛੇਤੀ ਤੂੰ ਇਹ ਝੂਠੀ ਕਹਾਣੀ ਬਣਾ ਲਿਆ ਈ। ਦੀ ਬਿਲਕੁਲ ਸੱਚ ਤੇ ਸਹੀ ਕਹਿ ਰਹੇ ਨੇ, ਅਸੀਂ ਵੀ ਇਸੇ ਕਰਕੇ ਆਏ ਸੀ ਕਿ ਦੀਦੀ ਸਿਲੈਕਸ਼ਨ ਹੋ ਗਈ ਸੀਰੀਅਲ 'ਚ, ਨਾਲੇ ਸਾਨੂੰ ਲੱਗਿਆ ਕਿ ਸਾਨੂੰ ਵੀ ਤਾਂ ਹੀ ਬੁਲਾਇਆ ਹੋਏਗਾ ਨਾ ਕਿ ਫੈਮਿਲੀ ਨਾਲ ਗੱਲਬਾਤ ਕਰਨੀ ਹੈ। ਮੇਰੀ ਧੀਆਂ ਝੂਠ ਨਹੀਂ ਬੋਲ ਰਹੀਆਂ, ਬਿਲਕੁਲ ਸੱਚ ਬੋਲ ਰਹੀਆਂ, ਜ਼ਰੂਰ ਕੋਈ ਭੁਲੇਖਾ ਲੱਗਿਆ ਹੋਏਗਾ। ਮੇਰੀ ਹੀਰ ਆਪਣੇ ਇਮਾਨ ਦੀ ਬਹੁਤ ਪੱਕੀ ਹੈ, ਉਹ ਕਦੇ ਕਿਸੇ ਨਾਲ ਧੋਖਾ ਕਰ ਹੀ ਨਹੀਂ ਸਕਦੀ। ਹਾਂ ਤੇ ਹੁਣ ਨਾ ਮੇਰੀ ਦੀ ਤੇ ਕਿਸੇ ਨੂੰ ਵੀ ਇਲਜ਼ਾਮ ਲਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਇੱਥੇ ਨਾ ਇਕੱਲੇ ਨਹੀਂ ਹੈ, ਅਸੀਂ ਉਹਨਾਂ ਦੇ ਨਾਲ ਆ। ਤੇ ਚਾਹੇ ਤੁਸੀਂ ਮੰਨੋ ਚਾਹੇ ਨਾ ਮੰਨੋ, ਅਸੀਂ ਸੱਚੀ ਟੀਵੀ ਸੀਰੀਅਲ ਦੀ ਸਿਲੈਕਸ਼ਨ ਕਰਕੇ ਇੱਥੇ ਆਏ ਹਾਂ। ਕੁਝ ਵੀ ਮਤਲਬ ਕੁਝ ਵੀ, ਇੱਥੇ ਸਾਰਿਆਂ ਨੂੰ ਪਤਾ ਹੈ ਕਿ ਜਵੰਦਾਸ ਦਾ ਹੋਟਲ ਦਾ ਬਿਜ਼ਨਸ ਹੈ, ਤੇ ਅਸੀਂ ਭਲਾ ਟੀਵੀ ਸੀਰੀਅਲ ਕਿਉਂ ਬਣਾਵਾਂਗੇ? ਬਿਲਕੁਲ ਸਹੀ ਕਿਹਾ ਤੁਸੀਂ, ਇਹ ਸੇਮ ਸਵਾਲ ਮੇਰੇ ਦਿਮਾਗ 'ਚ ਵੀ ਆਇਆ ਸੀ, ਪਰ ਫਿਰ ਮੈਂ ਸੋਚਿਆ ਕਿ ਲੋਕੀ ਆਪਣੇ ਕੰਮ ਨੂੰ ਅੱਗੇ ਵਧਾਉਂਦੇ ਨੇ, ਆਪਣੇ ਬਿਜ਼ਨਸ ਨੂੰ ਅੱਗੇ ਵਧਾਉਂਦੇ ਨੇ, ਨਵੀਂ ਫੀਲਡਸ 'ਚ ਟਰਾਈ ਕਰਦੇ ਨੇ। ਅੱਜ ਕੱਲ੍ਹ ਕਿੰਨੇ ਇੰਡਸਟਰੀਅਲਿਸਟ ਨੇ ਜਿਹੜੇ ਫਿਲਮਾਂ ਤੋਂ ਪੈਸੇ ਕਮਾਉਂਦੇ ਨੇ, ਨਾਲੇ ਉਹ ਆਡੀਸ਼ਨ ਵੀ ਤਾਂ ਤੁਹਾਡੇ ਹੋਟਲ 'ਚ ਹੋ ਰਿਹਾ ਸੀ ਨਾ। ਤੁਸੀਂ ਆਪ ਸੋਚੋ ਮੈਂ ਕਿਉਂ ਇੱਦਾਂ ਦੇ ਕੱਪੜੇ ਪਾ ਕੇ ਆਉਂਦੀ, ਮੇਰਾ ਕੋਈ ਦਿਮਾਗ ਥੋੜ੍ਹੀ ਖਰਾਬ ਹੈ? ਪਰ ਉਹ ਕੋਸਟਿਊਮ ਕਿਹੜਾ ਪਾ ਕੇ ਆਵਾਂ, ਉਦਾਂ ਦਾ ਹੀ ਜਿਹੜਾ ਕੱਲ੍ਹ ਪਾਇਆ ਸੀ ਜਾਂ ਕੁਝ ਹੋਰ? ਨਾਲੇ ਗਲਤੀ ਸਿਰਫ ਸਾਡੇ ਵੱਲੋਂ ਨਹੀਂ ਹੈ, ਤੁਹਾਡੇ ਵੱਲੋਂ ਵੀ ਹੈ। ਤੁਸੀਂ ਸੋਚ ਵੀ ਕਿੱਦਾਂ ਲਿਆ ਕਿ ਮੈਂ ਕਿੰਨੀ ਸੋਹਣੀ ਜੀ, ਭੋਲੀ ਜੀ, ਇਹੋ ਜਿਹੇ ਕੈਕਟਸ ਅੰਕਲ ਨਾਲ ਵਿਆਹ ਕਰਾਉਂਗੀ? ਮੈਂ ਕੀ, ਮੈਨੂੰ ਤਾਂ ਲੱਗਦਾ ਕਿਸੇ ਨੂੰ ਵੀ ਇਹਨਾਂ ਦੇ ਨਾਲ ਵਿਆਹ ਨਹੀਂ ਕਰਾਉਣਾ ਚਾਹੀਦਾ, ਇਹ ਜਲਦੇ ਫਿਰਦੇ ਰੈੱਡ ਫਲੈਗ ਹੈ। ਕਦੇ ਕੁੜੀਆਂ ਨੂੰ ਕੱਚੂ ਤੇ ਤੁਰਨ ਲਈ ਕਹਿੰਦੇ ਨੇ, ਕਦੇ ਲਿਫਾਫੇ ਦੇ ਪਿੱਛੇ ਰੇਸ ਲਾਉਂਦੇ ਨੇ। ਗੁੱਸਾ ਹਮੇਸ਼ਾ ਨੱਕ ਤੇ ਚੜਿਆ ਰਹਿੰਦਾ ਹੈ, ਜਵਾਲਾਮੁਖੀ ਵਾਂਗ ਹਮੇਸ਼ਾ ਪੱਟਣ ਨੂੰ ਤਿਆਰ ਹੀ ਰਹਿੰਦੇ ਨੇ, ਆਪ ਤੇ ਮੂੰਹ ਬਣਾ ਕੇ ਘੁੰਮਦੇ ਰਹਿੰਦੇ ਨੇ ਤੇ ਨਾਲ ਵਾਲੇ ਦੀ ਹਵਾ ਉਦਾਂ ਹੀ ਟਾਈਟ ਹੋ ਜਾਂਦੀ ਹੈ।
ਦਾ ਬਿਲਕੁਲ ਸਹੀ ਨਾਂ ਰੱਖਿਆ। ਡੈਵਿਲ ਜੀ ਕੱਲੇ ਹਨੇਰੇ ਕਮਰੇ ਚ ਰਹਿੰਦੇ ਨੇ, ਸਹੀ ਗਲਤ ਦਾ ਨਾਪ ਤੋਲ ਕਰਦੇ ਰਹਿੰਦੇ ਨੇ, ਸਾਰਿਆਂ ਨੂੰ ਆਪਣੇ ਇਸ਼ਾਰੇ ਤੇ ਨਚਾਉਂਦੇ ਰਹਿੰਦੇ ਨੇ। ਜਦ ਕੁਝ ਉੱਚਾ ਨੀਵਾ ਹੋ ਜੇ ਤਾਂ ਉਹਦੀ ਰਿਮਾਂਡ ਤਾਂ ਪੱਕੀ ਹੈ। ਮੈਂ ਤੁਹਾਨੂੰ ਦੱਸਾਂ, ਇਹਨਾਂ ਦੇ ਨਾਲ ਵਿਆਹ ਕਰਾਉਣ ਤੋਂ ਚੰਗਾ ਹੈ ਬੰਦੇ ਨੂੰ ਕਾਲੇ ਪਾਣੀ ਦੀ ਸਜ਼ਾ ਹੋ ਜੇ। ਮੇਰੀ ਗੱਲ ਮੰਨੋ, ਜਿੱਦਾਂ ਇਹਨਾਂ ਦੇ ਸਿਰ ਤੇ ਗੁੱਸਾ ਭੰਗੜਾ ਕਰਦਾ ਰਹਿੰਦਾ ਹੈ ਨਾ, ਇਹਨਾਂ ਨੂੰ ਵੋਟੀ ਦੀ ਨਹੀਂ ਡਾਕਟਰ ਦੀ ਲੋੜ ਹੈ, ਡਾਕਟਰ ਦੀ। ਹੋ ਗਈ ਤੇਰੀ ਪਤਮੀ ਸੀ ਖਤਮ, ਕੋਈ ਤੈਨੂੰ ਇੱਥੇ ਬਦੋਬਦੀ ਨਹੀਂ ਲਿਆਇਆ ਸੀ। ਉਸ ਦਿਨ ਪਾਰਟੀ 'ਚ ਤੂੰ ਹੀ ਹੰਗਾਮਾ ਕੀਤਾ, ਫਿਰ ਮੇਰੇ ਆਫਿਸ ਸਪੇਸ 'ਚ ਆ ਕੇ ਪੈਸੇ ਲਈ ਤਮਾਸ਼ਾ ਕੀਤਾ, ਹੁਣ ਇੱਥੇ ਵੀ ਉਹੀ ਕਰ ਰਹੀ ਹੈ। ਪਤਾ ਲੱਗ ਗਿਆ ਨਾ ਸੱਚ, ਇੱਥੇ ਕਿਉਂ ਖੜੀ ਹੈ, ਦਫਾ ਕਿਉਂ ਨਹੀਂ ਹੋ ਜਾਂਦੀ। ਗੈਟ ਦਾ ਹੈਲ ਆਊਟ ਆਫ ਹੇਅਰ। ਚਲੋ ਪਾਪਾ।